ਮੈਨੂੰ ਮੈਮ ਇਹ ਡਰ ਨਹੀਂ ਹੈਗਾ ਕਿ ਮੈਨੂੰ ਡਿਪੋਰਟ ਕਰ ਦੇਣਗੇ, ਪਰ ਇਦਾਂ ਆ ਕਿ ਮੇਰੇ ਤੇ ਗਲਤ ਇਲਜ਼ਾਮ ਲਾ ਕੇ ਮੈਨੂੰ ਡਿਪੋਰਟ ਕਰ ਰਹੇ ਨੇ, ਉਹ ਗੱਲ ਦਾ ਦੁੱਖ ਹੈ। ਠੀਕ ਹੈ, ਤੁਹਾਡੇ ਇਹ ਗੱਲ ਪਰਿਵਾਰ ਦਾ ਡਰ ਨਹੀਂ ਹੈਗਾ ਕਿ ਮੈਨੂੰ ਡਿਪੋਰਟ ਕਰ ਦੇਣਗੇ ਜਾਂ ਮੈਂ ਇੰਡੀਆ ਚਲ ਜਾਊਂਗੀ, ਕੁਛ ਵੀ ਇਹ ਨਹੀਂ ਹੈਗਾ। ਮੈਂ ਉੱਥੋਂ ਹੀ ਆਈ ਸੀਗੀ, ਕੋਈ ਗੱਲ ਨਹੀਂ, ਜੇ ਉੱਥੇ ਚਲੀ ਜਾਊਂਗੀ ਦੁਬਾਰਾ ਉਹਦਾ ਕੋਈ ਡਰ ਨਹੀਂ ਹੈਗਾ ਮੈਨੂੰ। ਠੀਕ ਹੈ, ਤੁਹਾਡੇ ਪਰਿਵਾਰਕ ਪਰ ਮੈਂਬਰ ਆਰ ਇੱਦਾਂ ਆ ਗੋਇੰਗ ਟੂ ਕਿ ਜੀ ਬੋਲੋ, ਤੁਸੀਂ ਆਪਣੀ ਗੱਲ ਪੂਰੀ ਕਰੋ। ਹਾਂ, ਬਟ ਇੱਦਾਂ ਆ ਕਿ ਲੋਕ ਇੱਕ ਦਿਨ ਦੀ ਗੱਲ ਸੁਣ ਕੇ ਵੀ ਮੈਨੂੰ ਗਲਤ ਕਹਿ ਕੇ ਇੱਦਾਂ ਇੱਦਾਂ ਡਿਪੋਰਟ ਕਰਨਗੇ, ਤਾਂ ਉਸ ਚੀਜ਼ ਦਾ ਮੈਨੂੰ ਗਲਤ ਲੱਗਦੀ ਹੈਗੀ। ਠੀਕ ਹੈ, ਬੇਅੰਤ ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਅਸੀਂ ਗੱਲ ਕਰ ਰਹੇ ਸੀਗੇ, ਤਾਂ ਉਹਨਾਂ ਨੇ ਉਸ ਦੌਰਾਨ ਸਾਨੂੰ ਇਹ ਗੱਲ ਕਹੀ ਹੈ ਕਿ ਜਦੋਂ ਇਹ ਸਵਾਲ ਉਹਨਾਂ ਨੂੰ ਵੀ ਕੀਤਾ ਗਿਆ ਸੀ ਵੀ ਬੇਅੰਤ ਜਦੋਂ ਡਿਪੋਰਟ ਹੋ ਕੇ ਜੇ ਆ ਗਈ ਤਾਂ ਫਿਰ ਅੱਗੇ ਕੀ ਤੁਸੀਂ ਸੋਚਿਆ, ਤਾਂ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਜੇ ਉਹ ਡਿਪੋਰਟ ਹੋ ਕੇ ਆ